ਵੀ ਚਕਨਾਈ ਵਾਲੀ ਜਿਹੜੀਆਂ ਨਕਲੀ ਚਮਕਾਂ ਬਹੁਤਾ ਚਿਰ ਕੰਮ ਨਹੀਂ ਕਰਦੀਆਂ ਹੁੰਦੀਆਂ। ਨਕਲੀ ਲਾਲੀ ਤੇ ਨਕਲੀ ਚਮਕ ਬਹੁਤਾ ਚਿਰ ਕੰਮ ਨਹੀਂ ਕਰਦੀ ਗੀ। ਜੇ ਤੁਸੀਂ ਖੁਰਾਕ ਚੰਗੀ ਖਾਧੀ, ਚੰਗੀ ਮਿਹਨਤ ਕੀਤੀ ਹੈ ਤਾਂ ਚਮਕ ਤੁਹਾਡੇ ਸਰੀਰ ਚ ਆਟੋਮੈਟਿਕੀ ਆ ਜਾਣੀ ਹੈ। ਨਕਲੀ ਚਮਕ ਬਹੁਤਾ ਚਿਰ ਕੰਮ ਨਹੀਂ ਕਰਦੀ ਹੈ। ਬੇਨਤੀ ਹੈ ਵੀ ਕਿਸੇ ਖਿਡਾਰੀ ਨੇ ਕੋਈ ਨਕਲੀ ਚਮਕ ਲਾ ਕੇ ਨਹੀਂ ਗਰਾਊਂਡ ਦੇ ਉੱਚਣਾ। ਕਹਿੰਦੇ ਆਪ ਹੁਸਨ ਦੀ ਲਾਲੀ ਜੇ ਮੁੱਖ ਤੇ ਨਾ ਹੋਵੇ, ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ। ਕਿਉਂ ਜੀ ਫੌਜੀ ਸਾਹਿਬ, ਵੀ ਨਕਲੀ ਚਮਕ ਤੇ ਲਾਲੀ ਬਹੁਤਾ ਚਿਰ ਨਕਲੀ ਲਾਲੀ ਵੀ ਆਮ ਕਈ ਲਾਉਂਦੇ ਮੂੰਹ ਜਾਂ ਲਾਲ ਕਰਨ ਦੀ ਖਾਤਰ, ਉਹ ਵੀ 2-4 ਮਿੰਟ ਦਾ ਸਵਾਲ ਹੁੰਦਾ ਹੈ। ਵੀ ਆਪ ਹੁਸਨ ਦੀ ਲਾਲੀ ਜੇ ਮੁੱਖ ਤੇ ਨਾ ਹੋਵੇ, ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ। ਕਹਿੰਦੇ ਮੁੰਡਾ ਵਿਆਹੀ ਦੀ ਖੁਸ਼ੀ ਕੀਤੀ, ਉਹ ਵੀ ਸਮਾਂ ਲੰਘ ਕੇ ਕੀਤੀ ਤਾਂ ਕੀ ਕੀਤੀ। ਮੁਲਾਕਾਤ ਸੱਜਣ ਦੇ ਨਾਲ ਹੋਵੇ, ਉਹ ਵੀ ਸੰਗ ਕੇ ਕੀਤੀ ਤਾਂ ਕੀ ਕੀਤੀ। ਅਨਪੜਾ ਜੇ ਪੀਣ ਦਾ ਸ਼ੌਂਕ ਹੋਵੇ, ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ। ਪਰ ਕਈ ਜਮੇਰ ਵਰਗੇ ਤੇ ਮੇਰੇ ਵਰਗੇ ਤਾਂ ਐਂ ਵੀ ਕਹਿਣ ਦੇ ਮਗਰ ਵਗੇ ਵੀ ਜੇ ਕਿਤੇ ਮੁਫਤ ਦੀ ਮਿਲ ਜਾਵੇ ਫਿਰ ਸੰਗਾ ਸਾਹਿਬ ਸੰਗ ਕੇ ਪੀਤੀ ਤਾਂ ਕੀ ਪੀਤੀ। ਫਿਰ ਤਾਂ ਭਰ ਕੇ ਗਲਾਸ ਮੇਰੇ ਘਰ ਅੰਦਰ ਮਾਰਦਾ, ਮਸਾਂ ਮੌਕਾ ਮਿਲਿਆ। ਇਹ ਤਾਂ ਗੱਲਾਂ ਪਿਆਰ ਦੀਆਂ, ਵੈਸੇ ਨਸ਼ੇ ਵਾਲੀ ਗੱਲ ਆਪਾਂ ਨਹੀਂ ਕਰਨੀ ਗੀ। ਇਹ ਤਾਂ ਨਕਲੀ ਚਮਕ ਦੀ ਮੈਂ ਸਾਂਝ ਤੁਹਾਡੇ ਨਾਲ ਪਾਈ ਹੈ। ਆਓ ਸਾਹਮਣੇ ਕਬੱਡੀ ਦੀ ਸਾਂਝ ਪਾਈਏ। ਠੱਠੀ ਭਾਈ ਦੀ ਟੀਮ ਜਿਹੜੀ ਹੈ ਸਟੇਜ ਵਾਲੇ ਪਾਸੇ ਹੈ। ਠੱਠੀ ਭਾਈ ਗੁਆਂਢੀ ਪਿੰਡ ਆ, ਜਗਮੇਲ ਦਾ ਪਿੰਡ ਆ। ਹਾਂਜੀ ਬਾਈ ਸੰਤੂ ਸਾਡੇ ਨਾਲ ਕੰਟੈਕਟ ਕਰਿਆ ਗਿਆ, ਸੰਤੂ ਕਮੇਟੀ ਮੈਂਬਰ। ਲਓ ਜੀ ਠੱਠੀ ਭਾਈ ਦੀ ਟੀਮ ਆਪਣੇ ਸਟੇਜ ਵਾਲੇ ਪਾਸੇ ਤੇ ਸੜਕ ਵਾਲੇ ਪਾਸੇ ਰਾਜਿਆਂ ਨੇ ਪਿੰਡ ਦੀ ਟੀਮ ਹੈ। ਬਾਬੇ ਗੁਰਦਿਆਲ ਸਿੰਘ ਬਿੱਲੂ ਨੂੰ ਕਬੱਡੀ ਦਾ ਬਾਬਾ ਬੋਹੜ ਮੰਨਿਆ ਗਿਆ ਕਬੱਡੀ ਦੇ ਵਿੱਚ। ਜਿਨ੍ਹਾਂ ਨੇ ਉਹਦੀ ਕਬੱਡੀ ਤੱਕੀ ਹੈ, ਹਰ ਕਦੇ ਪੰਡਿਤ ਰਾਜਣੀ ਦੀ ਚਰਚਾ ਹੋਈ ਹੈ। ਆਹ ਮੁੰਡਾ ਦੇਖਦੇ ਵੀ ਅਸਲ ਸੀਪਾ ਵਜਨ ਭਾਵੇਂ ਥੋੜਾ ਹੈ, 52 ਕਿਲੋ ਵਜਨ ਤੇ ਬੱਲੇ ਬੱਲੇ ਕਰਾਉਂਦਾ ਹੋਇਆ ਕਬੱਡੀ ਦੇ ਖੇਡ ਦੇ ਮੈਦਾਨ ਵਿੱਚ ਬਹੁਤ ਸੋਹਣਾ ਅੰਕ ਹਰ ਸੀਪਾ ਠੱਠੀ ਵਾਲਾ ਜੋੜਦਾ ਹੈਗਾ। ਚੱਲ ਵੀ ਪਾ ਵੀ ਅਗਲੀ ਕਬੱਡੀ, ਇਧਰਲੇ ਪਾਸੇ ਵੇਖਾਂਗੇ ਵੀ ਗਿਆਨੀ ਅਗਲੀ ਕਬੱਡੀ ਪਾਉਣ ਲਈ ਵੱਧ ਹੈ। ਗੁਰੂ ਦਾ ਖਾਲਸਾ ਤੋਂ ਉਧਰਲੇ ਪਾਸੇ ਰਾਜਿਆਣੀ ਦੀ ਟੀਮ, ਜਿੱਥੋਂ ਦੇ ਕਹਿੰਦੇ ਵੀ ਪਾਲੇ ਵਰਗਾ ਦਾ ਨਾਮ ਵੱਡਾ ਕਬੱਡੀ ਜਗਤ ਦੇ ਵਿੱਚ, ਵੇਖਾਂਗੇ ਵੀ ਕੀਤੀ ਹੈ ਟਰਾਈ ਤੇ ਨੰਬਰ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਚੱਲ ਵੀ ਪਾ ਵੀ ਅਗਲੀ ਕਬੱਡੀ, ਜੋ ਰਾਜਿਆਣੀਆਂ ਵੇਖਾਂਗੇ ਅਗਲੀ ਕਬੱਡੀ ਪਾਉਣ ਮੈਦਾਨ ਦੇ ਵਿੱਚ ਵੱਧ ਹੈ। ਬਾਗੇ ਪੁਰਾਣੀ ਦਾ ਏਰੀਆ ਲੋਮਦਾਨ ਦੇ ਵਿੱਚ ਵੇਖਾਂਗੇ ਮੁੰਡਾ ਰਾਜਿਆਣੀਆਂ ਕਬੱਡੀ ਪਾਉਣ ਲਈ ਵੱਧ ਹੈ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਉਹਦਾ ਕੀ ਫਿਰ ਲਾਉਣਾ, ਕਿ ਜਿੱਥੇ ਗਿਆ ਦੀ ਕਦਰ ਨਾ ਕੋਈ ਉੱਥੇ ਕਾਹਦਾ ਜਾਣਾ, ਕਿ ਤੰਦਰੁਸਤੀਆਂ ਬਖਸ਼ੇ ਮਾਰਕ ਕੁਦਰੀ ਪੈਸੇ ਢੇਲੇ। ਲਓ ਅਗਲੀ ਕਬੱਡੀ, ਮੈਂ ਵੇਖਦਾ ਵੀ ਰਾਜਿਆਣੀਆਂ ਪਿੱਦਾ ਪਾਉਣ ਦੇ ਲਈ ਫਿਰ ਵਧਿਆ, ਮੁੰਡੇ ਨੂੰ ਪਿਆਰ ਨਾਲ ਪਿੱਦਾ ਕਹਿੰਦੇ। ਲਓ ਸਾਹਮਣੇ ਵੇਖਦੇ ਵੀ ਅਸਲ ਟਰਾਈ ਸੋਹਣੀ ਕਰਦਾ ਮੁੰਡਾ, ਬਹੁਤ ਹੀ ਵਧੀਆ ਠੱਠੀ ਵਾਲਾ। ਲਓ ਮੁਕਾਬਲਾ ਸਖਤ ਹੈ, ਦੋਨਾਂ ਦੇ ਇੱਕੋ ਜਿਹੀਆਂ ਨਿਕਰਾਂ ਤੇ ਲੱਕ ਦਾ ਕਲਾਵਾ ਭਰ ਲਿਆ ਵੀ ਦਿੱਲੀ ਜਾ ਤਾਂ ਲਿਆ ਦੀ ਲਹਿੰਗਾ, ਵੀ ਲੈ ਜਾ ਮੇਰਾ ਲੱਕ ਬਣ ਕੇ ਮੇਲੇ ਚੱਲਿਆ ਲਿਆ ਦੀ ਲਹਿੰਗਾ। ਆਹ ਮੁੰਡਾ ਲੱਕ ਦੇ ਮੇਚੇ ਲੈ ਗਿਆ ਏ। ਆਪਾਂ ਧੰਨਵਾਦ ਕਰਦੇ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਸਟੇਜ ਤੇ ਬਿਰਾਜਮਾਨ ਨੇ। ਲਾਭ ਸਿੰਘ ਜੀ ਯੂਐਸ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਆ, ਉੱਥੇ ਜਿੰਦੀ ਨੰਬਰਦਾਰ ਵਿਸ਼ੇਸ਼ ਤੌਰ ਤੇ ਬਿੰਦੀ ਹੋਣੀ ਪੁੱਜੇ, ਆਪਾਂ ਸਵਾਗਤ ਕਰਦੇ ਹਾਂ। ਰੂਪ ਸਿੰਘ ਜੀ ਧਾਲੀਵਾਲ ਅਚੇਜੇ ਤੌਰ ਤੇ ਜੋ 2 ਕੁ ਦਿਨ ਪਹਿਲਾਂ ਇਹ ਟੂਰਨਾਮੈਂਟ ਪਹੁੰਚਿਆ, ਉਹ ਵੀ ਕਬੱਡੀ ਦੇ ਆਸ਼ਿਕ ਆ। ਔਰ ਬਾਬਾ ਈਸ਼ਰ ਸਿੰਘ ਜੀ ਦੇ ਸਮੂਹ ਪਰਿਵਾਰ ਦਾ, ਬੂਟਾ ਸਿੰਘ ਜੀ ਪ੍ਰਧਾਨ ਇਸ ਕਲੱਬ ਦੇ, ਇਸ ਪਰਿਵਾਰ ਦਾ ਵੀ ਵੱਡਾ ਯੋਗਦਾਨ ਆਪਣੇ ਨਾਲ ਆਪਾਂ ਸਵਾਗਤ ਕਰਦੇ ਹਾਂ। ਉੱਥੇ ਹਰਜੀਤ ਗਿੱਲ ਹੋਣੀ ਕੈਨੇਡਾ ਵਿੱਚ ਬੈਠੇ ਅੱਜ ਦੇ ਮੈਚਾਂ ਨੂੰ ਲਾਈਵ ਤੱਕਦੇ ਆ। ਹੈਪੀ ਧਾਲੀਵਾਲ ਲਵਲਾਨ ਦੇ ਵਿੱਚ ਬੈਠਾ ਸਾਡਾ ਯਾਰ, ਉਹ ਵੀ ਸੁਬਾ ਸੁਬਾ ਫੋਨ ਕਰਕੇ ਕਿਹੜਾ ਕਹਿੰਦਾ ਮੇਰੇ ਵੱਲੋਂ ਜਾ ਕੇ ਮੁਬਾਰਕ ਪੇਸ਼ ਜ਼ਰੂਰ ਕਰਦੀ। ਹੈਪੀ ਲਵਲਾਨ ਦੇ ਵਿੱਚ ਬੈਠਾ ਔਰ ਉਹਨੇ ਵੀ ਮੁਬਾਰਕਬਾਦ ਭੇਜੀ ਟੂਰਨਾਮੈਂਟ ਕਮੇਟੀ ਨੂੰ। ਔਰ ਪਰਮਿੰਦਰ ਸਿੰਘ ਜੀ ਕੈਨੇਡਾ ਵਿਸ਼ੇਸ਼ ਤੌਰ ਤੇ ਪੁੱਜੇ, ਭੋਲਾ ਗਿੱਲ ਕੈਨੇਡਾ, ਔਰ ਗੁਰਸੇਵਕ ਸਿੰਘ ਜੀ ਯੂਐਸਏ, ਅਮੋਲਕਾ ਮੱਲੀ ਹਾਵ ਕੈਨੇਡਾ, ਇਹਨਾਂ ਦਾ ਵੱਡਾ ਯੋਗਦਾਨ। ਦੀਪਾ ਕੈਨੇਡਾ ਤੇ ਹੈਰੀ ਯੂਐਸ ਚ ਬੈਠਾ ਹੈ, ਗਿਆਨ ਸਿੰਘ ਸੰਘੇ ਹੋਣਾ ਦਾ ਵੱਡਾ ਯੋਗਦਾਨ ਹੈ, ਇਹਨਾਂ ਦੇ ਸਪੁੱਤਰ ਹੈਰੀ ਯੂਐਸ ਚ ਬੈਠਾ ਹੈ। ਤੇ ਨਾਲ ਦੀ ਨਾਲ ਆਪਾਂ ਕਬੱਡੀ ਦੀ ਸਾਂਝ ਪਾਈਏ। ਆਹ ਮੁੰਡਾ ਕਿੰਗਰਾ ਪਰਿਵਾਰ ਦਾ ਖੇਡ ਦੇ ਮੈਦਾਨ ਵਿੱਚ, ਆਓ ਦੇਖਦੇ ਵੀ ਸ਼ਾਨਦਾਰ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਕੱਲ ਦੇ ਟੂਰਨਾਮੈਂਟ ਦੀ ਠੱਠੀ ਭਾਈ ਦੀ, ਇਸ ਟੂਰਨਾਮੈਂਟ ਦੀ ਜਿਹੜੀ 50 ਕਿਲੋ ਦੀ ਟੀਮ ਹੈ ਪਹਿਲੇ ਨੰਬਰ ਤੇ ਰਹਿਣ ਵਾਲੀ ਹੈ ਔਰ ਬੱਲੇ ਬੱਲੇ ਕਰਵਾਈ ਇਸ ਟੂਰਨਾਮੈਂਟ ਚ। ਅਗਲੀਆਂ ਟੀਮਾਂ ਫੂਲੇਵਾਲਾ ਤੇ ਚੀਦਾ, ਇਹ ਟੀਮਾਂ ਤਿਆਰ ਰਹਿਣਗੀਆਂ। ਫੂਲੇਵਾਲਾ ਤੇ ਚੀਦੇ ਦੇ ਸਿੰਘ ਫਸੇ ਆ, ਇਹ ਟੀਮਾਂ ਵੀ ਤਿਆਰ ਰਹਿਣਗੀਆਂ ਅਗਲੇ ਮੁਕਾਬਲੇ ਦੀਆਂ। ਸਾਡੀ ਬੇਨਤੀ ਹੈ ਫੂਲੇਵਾਲਾ ਤੇ ਚੀਦਾ ਬਾਰੇ ਜਲਦੀ ਗਰਾਊਂਡਾਂ ਵੱਲੋਂ ਹਾਜ਼ਰ ਟੀਮਾਂ। ਇਧਰਲੇ ਪਾਸੇ ਧਾਵੀ ਜੀ ਲੋ ਮੈਦਾਨ ਦੇ ਵਿੱਚ ਪਾਈ ਹੈ ਕਬੱਡੀ, ਤੇ ਇਧਰਲੇ ਪਾਸੇ ਰਾਮ ਵੇਖਾਂਗੇ ਠੱਠੀ ਭਾਈ ਵਾਲਾ, ਇੱਕ ਰਾਮ ਖਾਰੇ ਵਾਲਾ ਦੁਨੀਆਂ ਦਾ ਸਟਾਰ, ਇੱਕ ਸਾਡਾ ਯਾਰ ਰਾਮ ਔਲਖਾਂ ਵਾਲਾ ਯੂਐਸਏ ਦੇ ਵਿੱਚ ਬੈਠਾ ਹੈ। ਇਹਨਾਂ ਮੈਚਾਂ ਦਾ ਆਨੰਦ ਮਾਰਦਾ 365.com ਦੇ ਜ਼ਰੀਏ, ਉਹਦਾ ਵੀ ਧੰਨਵਾਦ ਹੈ। ਵੱਡੇ ਸਹਿਯੋਗ ਪੁੱਜੇ ਨੇ। ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਲਈ ਧਾਵੀ ਮੈਦਾਨ ਦੇ ਵਿੱਚ ਵੇਖਾਂਗੇ ਵੱਧ ਹੈ। ਉਧਰਲੇ ਪਾਸੇ 4 ਜਾਫੀ ਹੈ, ਹੁਣ 4 ਜਾਫੀਆਂ ਦੇ ਵਿੱਚ ਵੇਖਾਂਗੇ ਮੈਦਾਨ ਦੇ ਵਿੱਚ ਰਾਜਿਆਣੀ ਦੀ ਟੀਮ ਦਾ
ਕਿਹੜਾ ਮੈਦਾਨ ਦੇ ਵਿੱਚ ਵੱਧ ਕੇ ਟਰਾਈ ਕਰਦਾ ਹੈ, ਕਿਹੜਾ ਲਾ ਤਕੜਾ ਜੱਫਾ ਆਪਦੀ ਟੀਮ ਲਈ ਨੰਬਰ ਜੋੜੇਗਾ। ਪਰ ਪੁਆਇੰਟ ਜਿਹੜਾ ਵੇਖਾਂਗੇ ਧਾਵੀ ਦਾ ਪੁਆਇੰਟ, ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ। ਚੱਲ ਵੀ ਪਾ ਵੀ ਅਗਲੀ ਕਬੱਡੀ ਤੋਂ ਰਾਜੇ ਵਾਲੀਆਂ ਵੇਖਾਂਗੇ ਅਗਲੀ ਕਬੱਡੀ ਪਾਉਣ ਲਈ ਵੱਧ ਕਬੱਡੀ ਮੋਨੂ ਨੇ ਪਾਈ ਆ, ਰਾਜਨ ਪਿੰਡਲ ਮੋਨੂ ਨੇ ਕਬੱਡੀ ਪਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਿਆ। ਲਓ ਅਗਲੀ ਕਬੱਡੀ ਦੀ ਪਾਉਣ ਦੀ ਫਿਰ ਗੱਲ ਕਰਦਾ, ਆਹ ਮੁੰਡਾ ਸੌਰੀ ਮੋਨੂ ਕਬੱਡੀ ਪਾ ਰਿਹਾ ਹੈ, ਪਹਿਲਾਂ ਸੱਤੂ ਨੇ ਕਬੱਡੀ ਪਾਈ ਅਤੇ ਅੰਕ ਛੱਠੀ ਪਾਈ ਸੀ, ਆਹ ਮੁੰਡਾ ਰਾਜਨ ਪਿੰਡ ਦਾ ਮੋਨੂ ਤੇ ਦੂਸਰੇ ਪਾਸੇ ਸੀਪਾ ਵੀ ਕਮਾਲ ਕਰਦਾ, ਮਾਰ ਮਾਰ ਧੌਲਾਂ ਗਿੱਚੀ ਲਾਲ ਕਰਦਾ, ਠੱਠੀ ਵਾਲਾ ਸੀਪਾ ਵੀ ਕਮਾਲ ਕਰਦਾ। ਆਉਣ ਵਾਲੇ ਟੂਰਨਾਮੈਂਟ ਦੀਆਂ ਆਪਾਂ ਨੂੰ ਸੱਦੇ ਪੱਤਰ ਦੇ ਰਹੇ ਸੀਪੇ ਹੁਣੀ, ਆਹ ਮੁੰਡਾ ਕਿੰਗਰਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿੰਗਰੇ ਪਰਿਵਾਰ ਦਾ, ਔਰ ਸਾਹਮਣੇ ਪਾਈ ਹੀ ਕਬੱਡੀ। ਕਹਿੰਦੇ 9 ਤੇ 10 ਤਰੀਕ ਨੂੰ ਠੱਠੀ ਪਾਈ ਦੀ ਧਰਤੀ ਤੇ ਟੂਰਨਾਮੈਂਟ ਹੋ ਰਿਹਾ ਹੈ, ਜਿੱਥੇ 38 ਕਿਲੋ, 52 ਕਿਲੋ ਤੇ 57 ਕਿਲੋ ਦੇ ਸਿਰੇ ਦੇ ਮੈਚ ਹੋਣਗੇ ਔਰ ਵੱਡੇ ਨਾਮ ਉੱਤੇ ਜਾਣਗੇ। ਸਾਰੀਆਂ ਟੀਮਾਂ ਦੇ ਵਿੱਚ ਬੈਸਟ ਦੇ ਜਾਫੀ ਨੂੰ ਜਿਹੜੇ ਕੱਪ ਦਿੱਤੇ ਜਾਣੇ ਆ, ਔਰ ਆਪਾਂ ਯੈਸ ਫੌਜੀ ਸਾਹਿਬ ਉੱਥੇ ਵੀ ਹਾਜ਼ਰੀ ਜ਼ਰੂਰ ਲਾਉਣੀ, ਤੁਸੀਂ ਸਾਰੇ ਮੇਲੇ 'ਚ ਟੈਂਟ ਕਰਦੇ ਆਪਣੇ ਏਰੀਏ ਦੇ ਜਿਹਨੇ ਵੀ ਮੇਲਿਆਂ 'ਤੇ ਪਹੁੰਚਦੇ ਆ। ਅਗਲੀ ਕਬੱਡੀ ਫਿਰ ਕਿਤੇ ਰਾਜਿਆਂ ਨੇ ਪਿੰਡ ਦਾ ਪਿੱਦਾ ਪਾਉਣ ਦੇ ਲਈ ਵਾਧਾ ਹੋਇਆ, ਖੇਡ ਦੇ ਮੈਦਾਨ ਵਿੱਚ ਪਿੱਦੇ ਦੀ ਪਾਈ ਕਬੱਡੀ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਬਾਬੇ ਗੁਰਦਿਆਲ ਸਿੰਘ ਆਪਣੇ ਏਰੀਏ ਦਾ ਮਸ਼ਹੂਰ ਖਿਡਾਰੀ ਆਏ, ਰਾਜੇ ਨੰਜਰ ਸਿੰਘ ਨੰਜੀ ਹੁਣਾਂ ਦੀ ਵੈਰੋਕਾਲਾਂ ਦੀ ਨਾਂ ਚੱਲਿਆ ਹੈ, ਅਜਾਗਰ ਸਿੰਘ ਮੱਲ ਹੁਣਾਂ ਦਾ ਨਾਂ ਚੱਲਿਆ ਹੈ, ਇਹ ਸਿਰਗੀ ਦੇ ਵੀਰ ਸਿੰਘ ਮੱਲ ਹੁਣਾਂ ਦਾ ਨਾਂ ਚੱਲਿਆ ਹੈ ਖੇਡਾਂ ਦੇ ਮੈਦਾਨਾਂ ਵਿੱਚ। ਆਹ ਦਿੱਤਾ ਮੁੰਡਾ ਬੱਲੇ ਬੱਲੇ ਕਰਾਉਂਦਾ ਹੋਇਆ ਕਬੱਡੀ ਦੇ ਖੇਡ ਮੈਦਾਨ ਵਿੱਚ 60 ਵਾਲਾ ਜੱਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ। ਨਿੰਮਾ ਭੋਡੀਪੁਰੀਆ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ, ਇਸੇ ਗਰਾਊਂਡਾਂ ਦੇ ਵਿੱਚੋਂ ਜਿੱਤਾਂ ਹਾਸਲ ਕੀਤੀਆਂ ਹੈ। ਨਿੰਮਾ ਭੋਡੀਪੁਰੀਆ ਅਜਮੇਰ ਆਲਮ ਵਾਲਾ 62 ਕਿਲੋ ਦੇ ਸਿਰੇ ਦੇ ਰੇਟ ਰਹੇ ਆ, ਇਹਨਾਂ ਗਰਾਊਂਡਾਂ ਵਿੱਚ ਲੰਮਾ ਸਮਾਂ ਖੇਡੇ ਆ। ਸਾਡੀ ਬੇਨਤੀ ਆ ਦੋਨੇ ਟੀਮਾਂ ਫੂਲੇ ਵਾਲਾ ਤੇ ਚੀਤਾ ਆਪੋ ਆਪਣੇ ਵੀਰੇ ਰੇਡਰ ਚੈੱਕ ਕਰ ਲਓ, ਨਿੰਮੇ ਵੇਟਿੰਗ ਬਾਕਸ ਦੇ ਵਿੱਚ ਆ ਜਿਹੜਾ ਕੋਈ ਚਕਨਾਈ ਵਾਲਾ ਚੀਜ਼ ਹੋਣਾ ਚੰਗੀ ਤਰ੍ਹਾਂ ਬੋਰੀ ਰਗੜੋ ਇਹਦੇ ਤੇ। ਹਾਂਜੀ ਉਹੀ ਕੰਮ ਕਰ ਰਹੇ ਆ ਬਾਈ ਜੱਸੇ ਨੂੰ ਪਹਿਲਾਂ ਕਹੀ ਜਾਂਦੇ ਵੀ ਆਪਦੇ ਰੇਡਰ ਚੈੱਕ ਕਰ ਲਓ। ਬੂਟਾ ਖਾਣ ਉਹਦਾ ਵੀ ਧੰਨਵਾਦ ਕਰਾਂਗੇ ਇੱਥੇ ਪੁੱਜਣ ਤੇ। ਇਧਰਲੇ ਪਾਸੇ ਕਬੱਡੀ ਪਾਉਣ ਲਈ ਵੇਖਾਂਗੇ ਮੁੰਡਾ ਰਾਜੇ ਆਣੀਆਂ ਪਾਈ ਹੋਈ ਕਬੱਡੀ ਹੈ, ਮੋਨੂ ਦੀ ਕਬੱਡੀ ਹੈ ਤੇ ਉਧਰਲੇ ਪਾਸੇ ਵੇਖਾਂਗੇ ਵੀ 4 ਜਾਫੀ ਹੈ। ਹੁਣ 4 ਜਾਫੀਆਂ ਦੇ ਵਿੱਚੋਂ ਵੇਖਾਂਗੇ ਮੈਦਾਨ ਦੇ ਵਿੱਚ ਕਿਹੜਾ ਵੱਧ ਕੇ ਟਰਾਈ ਕਰਦਾ ਹੈ। ਇੱਕ ਮੁੰਡਾ ਚੱਕ ਰਾਮ ਸਿੰਘ ਵਾਲੇ ਪਿੰਡ ਦਾ ਦੁਨੀਆਂ ਦਾ ਕਹਿੰਦੇ ਵੀ ਸਟਾਰ ਜਾਫੀ, ਆਹ ਵੇਖਾਂਗੇ ਮੁੰਨਾ ਕਹਿੰਦਾ ਨੀ ਕੋਈ ਮੋਨੂ ਕਹਿੰਦਾ ਹੈ, ਨੰਬਰ ਜਿਹੜਾ ਵੇਖਾਂਗੇ ਮੁੰਨਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ। ਇਧਰਲੇ ਪਾਸੇ ਕਿੰਗਰਾ ਪਰਿਵਾਰ ਦਾ ਜਿਵੇਂ ਪਹਿਲਾਂ ਨਿਰਮਲ ਨੇ ਦੱਸਿਆ ਵੀ ਸਿੱਖ ਸਰਦਾਰ ਕਪੂਰ ਮੈਦਾਨ 'ਚ ਕਬੱਡੀ ਪਾਉਣ ਲਈ ਵੱਧ ਹੈ ਪਾਈ ਹੋਈ ਕਬੱਡੀ ਆ ਤੇ ਉਧਰਲੇ ਪਾਸੇ 4 ਜਾਫੀ ਆ ਮਾਰਦੇ ਪਤਾ ਤੇ ਥਾਪੀਆਂ। ਲੋ ਵੇਖਾਂਗੇ ਵੀ ਕੀਤੀ ਟਰਾਈ ਤੇ ਮੇਰਾ ਨੰਬਰ ਜਿਹੜਾ ਧਾਵੀ ਦਾ ਪੁਆਇੰਟ ਧਾਵੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ। ਅਗਲੀ ਕਬੱਡੀ ਪਾਉਣ ਲਈ ਮੁੰਡਾ ਰਾਜੇ ਵਾਲੀਆਂ ਵੇਖਾਂਗੇ ਮੈਦਾਨ ਦੇ ਵਿੱਚ ਵਾਧਾ ਦੇ ਮੈਚ ਤੇ ਗੱਲ ਕਰੇਗਾ ਨਿਰਮਲ। ਇਧਰਲੇ ਪਾਸੇ ਨਿਰਮਲ ਵੇਖਾਂਗੇ ਚੱਲ ਵੀ ਪਾ ਵੀ ਅਗਲੀ ਕਬੱਡੀ। ਇਧਰਲੇ ਪਾਸੇ ਰਾਜਿਆਂ ਦੀ ਟੀਮ ਦੇ ਵੱਲੋਂ ਕਬੱਡੀ ਪੈਂਦੀ ਆ, ਨਾਲ ਬੂਟਾ ਖਾਣ ਜੋ ਵੀ ਆਪਦੀ ਤਿਆਰੀ ਖਿੱਚ ਲੈਣਾ ਇਸ ਤੋਂ ਅਗਲੇ ਮੈਚਾਂ ਦੇ ਲਈ ਉਹਦਾ ਵੀ ਧੰਨਵਾਦ ਹੈ। ਇਧਰਲੇ ਪਾਸੇ ਪਾਈ ਹੈ ਕਬੱਡੀ ਤੇ 4 ਜਾਫੀ ਹੈ, ਹੁਣ ਵੇਖਾਂਗੇ ਵੀ 4 ਜਾਫੀਆਂ ਦੇ ਵਿੱਚੋਂ ਕਿਹੜਾ ਮੈਦਾਨ ਦੇ ਵਿੱਚ ਵੱਧ ਕੇ ਟਰਾਈ ਕਰਦਾ ਪਰ ਡਬਲ ਟੱਚ ਨੰਬਰ ਜਿਹੜਾ ਧਾਵੀ ਦਾ ਪੁਆਇੰਟ ਜਿਹੜਾ ਵੇਖਾਂਗੇ ਰਾਜਿਆਂ ਦੀ ਟੀਮ ਦਾ। ਚੱਲ ਵੀ ਪਾ ਵੀ ਅਗਲੀ ਕਬੱਡੀ ਲਓ ਰਾਮ ਵੇਖਾਂਗੇ ਅਗਲੀ ਕਬੱਡੀ ਪਾਉਣ ਲਈ ਵੱਧ ਹੈ, ਜਿਵੇਂ ਪਹਿਲਾਂ ਦੱਸਿਆ ਵੀ ਇੱਕ ਖਾਰੇ ਵਾਲਾ ਰਾਮ ਹੈ ਦੁਨੀਆਂ ਦਾ ਕਹਿੰਦੇ ਵੀ ਕਬੱਡੀ ਓਪਨ ਦਾ ਦੁਨੀਆਂ ਦਾ ਸਟਾਰ ਤੇ ਆ ਬਜਰੀ ਭਾਰ ਦਾ ਸਟਾਰ ਹੈ ਲੈ ਰਾਮ ਠੱਠੀ ਵਾਲਾ, ਤੇ ਉਧਰਲੇ ਪਾਸੇ ਮੁੰਡਾ ਰਾਜਿਆਂ ਦੀਆਂ ਟਰਾਈ ਕਰਦਾ ਹੈ ਤੇ ਨੰਬਰ ਜਿਹੜਾ ਧਾਵੀ ਦਾ ਪੁਆਇੰਟ ਰਾਮ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ। ਅਗਲੀਆਂ ਟੀਮਾਂ ਨੂੰ ਮੇਰੀ ਬੇਨਤੀ ਟੀਮਾਂ ਲੇਟ ਨਾ ਹੋਣ, ਫੁੱਲੇ ਵਾਲਾ ਤੇ ਚੀਜ਼ੇ ਦਾ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਹੈ। ਫੁੱਲੇ ਵਾਲਾ ਤੇ ਚੀਜ਼ੇ ਦੀਆਂ ਟੀਮਾਂ ਜਲਦੀ ਗਰਾਊਂਡ ਪਹੁੰਚਣਗੀਆਂ। ਲਓ ਸਾਹਮਣੇ ਫਿਰ ਮੁਕਾਬਲਾ ਸਖਤ ਹੁੰਦਾ ਹੋਇਆ ਦੋਨਾਂ ਖਾਂਜੀ ਬਾਈ ਨਰਮਲ 70 ਕਿਲੋ ਵਰਗ ਦੀਆਂ ਟੀਮਾਂ ਨੂੰ ਬੇਨਤੀ, ਜਿੰਨੀਆਂ ਵੀ ਟੀਮਾਂ ਪਹੁੰਚੀਆਂ ਉਹ ਆਪੋ ਆਪਣੀ ਐਂਟਰੀ ਵੀ ਜਲਦੀ ਸਟੇਜ ਤੇ ਪਹੁੰਚ ਦੀ ਕਰ ਦਿਓ। 57 ਮਿੰਟਾਂ 'ਚ ਤਾਈਆਂ ਪਾ ਕੇ ਅਸੀਂ ਮੈਚ ਸਟਾਰਟ ਕਰਨੇ ਤੇ ਆਓ ਕੀ ਬਣਿਆ ਵੀ ਕਿੱਧਰ ਪ੍ਰਗਟ ਸਿਆ ਪੁਆਇੰਟ ਦੱਸੀ ਕਰਾ ਤੇ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ। ਪ੍ਰਗਟ ਢਿੱਲਮਾਂ ਤੋਂ ਪੁੱਜਿਆ ਲੰਮੇ ਪੈਣੇ ਤੈਅ ਕਰਕੇ ਕਹਿੰਦੇ ਗੂੜਾ ਪਿਆਰ ਆ ਨਿੰਮੇ ਹੁੜਾ ਅਜਮੇਰ ਹੁਣਾਂ ਦੇ ਨਾਲ ਔਰ ਬੜੀ ਜੋੜੀ ਮਸ਼ਹੂਰ ਹੈ ਉਹਨੇ ਪੁੱਜੇ ਹੋਏ ਆ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਸਤਨਾਮ ਸਿੰਘ ਵਜਾ ਹੋਇਆ ਅੱਗੇ ਔਰ ਛੱਤੂ ਛੋਟਾ ਨਾਮ ਹੈ, ਕਹਿੰਦੇ ਵੀ ਰਾਮ ਦੀ ਮਾਸੀ ਦਾ ਮੁੰਡਾ ਔਰ ਕਹਿੰਦੇ ਵੀ ਲਕਸ਼ਮਣ ਨਹੀਂ ਪੁੱਜੇਗਾ ਤੇ ਦੂਸਰੇ ਪਾਸੇ ਪਾਈ ਹੋਈ ਕਬੱਡੀ। ਮੁਕਾਬਲਾ ਸਖਤ ਆ ਦੋਨਾਂ ਖਿਡਾਰੀਆਂ ਦੇ ਵਿਚਕਾਰ, ਪੂਰੀ ਕਸਮ ਕਸ਼ ਜਾ ਰਹੀ ਹੈ। 30 ਸਕਿੰਟ ਦਾ ਸਮਾਂ ਜਿਹੜਾ ਟੱਕ ਟੱਕ ਕਰਕੇ ਲੰਘਦਾ ਜਾ ਰਿਹਾ ਹੈ। ਆਪਾਂ ਸਮੇਂ ਦੀ ਉਡੀਕ ਕਰਦੇ ਹਾਂ ਵੀ ਪ੍ਰਗਟ ਸਿੰਘ ਦੀ ਵਿਸਲ ਔਰ ਜਾਫੀਆਂ ਦੇ ਹਿੱਸੇ ਵੱਜੀ ਹੈ ਤੇ ਅੰਕ ਸਾਹਮਣੇ ਵਿਖਦਾ ਵਿਅਸਤ ਰਾਜਿਆਂ ਦੀ ਟੀਮ ਦੇ ਹਿੱਸੇ ਜੁੜ ਚੁੱਕਾ ਹੈ। ਅਗਲੀਆਂ ਟੀਮਾਂ ਤਿਆਰ ਹੋ ਕੇ ਜਲਦੀ ਪਹੁੰਚਣਗੀਆਂ। ਫੁੱਲੇ ਵਾਲਾ
ठीक है। अगलिया टीमां नूं बेनती, टीमां तैयार होणगियां फूलियाल ते चीदा ते इस तों अगली जिहड़ी ताइयां पा दिओ जी। संगत साहब लाइक मैच बाकी रह गया अपने कोल, अगलिया पर्चियां बना लो जी, पर्चियां रख लो जी। एक पर्ची दे उप्पर जेतू लिख लो, जदों फूलियाल ते चीदे दा मैच चलिया तो रोटाइयां कढ दिओ जी। वांदर डोर दी टीम जिहड़ी बाई दे विच है, इतले पासे राजेण दी टीम दे वल्लों पैंदी कबड्डी ते जाफी लो मैदान दे विच ठठी वाला, वेखांगे भी करदा है ट्राई, लो वेखांगे भी लग्या पिया जोर ते नंबर जिहड़ा वेखांगे भी जाफी दा पॉइंट ठठी भाई दी टीम दे हिस्से विच जुड़दा। लो बहुत सोहणा चलदा मुकाबला कबड्डी 62 किलो वर्ग दा ते इस तो मेरी बेनती अगलियां टीमां तैयार खड़ियां ते नाल मेरी बेनती 70 किलो नूं आ, 70 किलो वर्ग दियां जिन्नियां भी टीमां पुज्जियां सारियां टीमां आपो अपने एंट्री भी स्टेज ते पहुंचदी कर दिओ। कबड्डी 70 किलो वर्ग दियां, उधरों सेवक ने भी 365 दा कैमरा फोकस कीता होया है, कल्ली कल्ली कबड्डी नूं अपने कैमरे दे अक्ष कवर कर रहा है। कबड्डी 365.com दा सफल कैमरामैन है सेवक माणू के गल्लां वाला, अज कल्ली कल्ली कबड्डी ते कल्ले कल्ले जफे नूं विदेशां विच पहुंचदी कर दिया है। आपां स्वागत करदे हां वीरां दा प्रदीप ते हैप्पी दी, दुनिया भर की सब तो पहली वैबसाइट तैयार की है और अज इस टूरनामेंट नूं दुनिया भर दिखा रहे हैं। यही टीम जित गई ताई वाला, इस मैच चो ठठी भाई जेतू है जी, नोटी को नोट कर लो। कल दे टूरनामेंट दी हिस्से दी 50 किलो च ठठी भाई ने बल्ले बल्ले करवाई है, दोनों जिहड़े जूसर कहिंदे जेतू है ते नाम दा पहला प्राइज हासिल कीता ते 62 किलो दी हुण आपां उडीक करदे वी किहड़ी टीम बाजी मारे टूरनामेंट भाई। आई ताइयां कढ़न लगे जे कि इहनूं कोई शक आता साडे कोल आ सकदा तां मर्जी खड़ारे तीजे राउंड दीआं ताइयां कढ़न लगे नहीं इत्थे कर दिंदे यार आपां नूं आवाज जिहड़ा मर्जी आ जावे। आओ जी दोनों टीमां फूले वाला ते चीता, उधर 365 वाले वीर साडे दा धन्नवाद करांगे गुरप्रीत सिंह गुड़ नाल प्रभ साडा वीर पुज्जा 365 ते नाल गुरसेवक माणूके जिंदर धालीवाल दा वी धन्नवाद करांगे, मेन स्पॉन्सर साडा वीर उहदा वी इत्थे पुज्जण ते बेनती है फूले वाला ते चीता मैं जल्दी शुरू कीता जावे। लो जी मुकाबला जल्दी शुरू करो, कबड्डी 70 किलो जो टीम एंटर को नहीं करवाओ फिर असीं कर देनी 5-7 मिंट ही आ अपने हिस्से की पहली कबड्डी पाई है। मुकाबला की है प्रगट सिंह दस रहा भी हजे गल नहीं बनेगी भी हुण गल बनी है, जिहड़ा लिंक सिस्टम रेडर पॉइंट साझा कर सकता बहुत खिंच के, हां ये नोट कर ला सिर्फ बाउंड्री लाइन से रेडर पॉइंट साझा कर सकता है। अगली कबड्डी टेंगो, एक रसूलपुरिया टेंगो बड़ा मशहूर है फूले वाली गभरू अगले का अगली कबड्डी पाउंड दी, दोनों गिटियां ते पट्टियां बढ़ियां और 9 नंबर की किट पाई हुई है ते अगे बढ़ के आओ विखते भी छोटी जी उम्र का मुंडा पर विखते भी 9 तो 29 बन गई दूआ मूहरे फिर आ गया ते अंक अपनी टीम के हिस्से जोरदार गभरू फूले वाली है। सत्तर किलो वर्ग दियां टीमां और 70 किलो वर्ग दियां टीमां नूं बेनती आपो अपनी टीम एंटर करा लो, 5-7 मिनट एंट्री खुली है और दिखते भी सामने 3 मोटरसाइकिल खड़े है सज वही मटियार वांगू सजाए पए आ रिबन टंके, जिहड़े 2 मोटरसाइकिल कल नूं बैक ट्रेडर ते जाफी उत्ते जाणगे, 2 मोटरसाइकिल कबड्डी ओपन दे विच बैक ट्रेडर ते जाफी लई है, तीजा मोटरसाइकिल सिलवरी रंग दा जिहड़ा चमकारे मारदा है कहते भी साढ़े भीर और दिखते भी यूएसए वाले गुरसेव सिंह जी यूएसए तो गुरनैब सिंह जी हांगकांग वाले उन्होंने वालों साढ़े विछड़ी हुई रूह साडा यार बाज की याद गोरे नूं मोटरसाइकिल मानता जाएगा पर गुरविंदर सिंह बाज साथों विछड़ गया साडा कमेटी मैंबर है उन्होंने भी सानू अज घाट महसूस हो रही है, उन्होंने याद गुरसेव सिंह जी यूएसए और नाल गुरनैब सिंह जी हांगकांग उन्हों भरावों वालों वे मान से जाएंगे बाबे जरनैल सिंह के पुत्र मोटरसाइकिल मान से जाएंगे, आप स्वागत करते वीर का। उधर आप टीम मेरे घोलिया कला इंदगढ़ ये दूजे राउंड का मेरे पहला मैच है, टाइया मेरे निकल चुकी हैं उत्थे वांदर डोड़ वाले शनी दा समुची माड़ी दी टीम दे वलों गुरजीत वटे उन्हां दे वलों गोरा मनीला वाले समुचे प्लेयर दे वलों एलईडी दे नाल कल नूं वड्डा मान कीता जाएगा,
ਕਬੱਡੀ ਬਾਹਰ ਕਲੋ ਤੀਜੇ ਰਾਉਂਡ ਦੇ ਪਹਿਲਾ ਮੈਚ ਐਂਦਕਰ ਵਰਸਿਸ ਘੋੜੀਆ, ਦੂਸਰਾ ਮੈਚ ਮਾੜੀ ਮੁਸਬਾ ਵਰਸਿਸ ਨੱਥੋਕੇ, ਤੀਸਰਾ ਮੈਚ ਰੋਹਤਾ ਵਰਸਿਸ ਛੱਟੀ ਪਾਈ, ਚੌਥਾ ਮੈਚ ਵਾਂਦਰਬੋਰਡ ਵਰਸਿਸ ਜੇਤੂ ਜੋ ਇਹਨਾਂ ਨੂੰ ਜਿੱਤੂਗੀ, ਛੇਵਾਂ ਮੈਚ ਬਾਬਾ ਫਰੀ ਬਾਬਾ ਮੁਰਾਦ ਸ਼ਾਹ ਰੋਡੇ ਵਰਸਿਸ ਰੋਡੇ। ਵਾਹ ਜੀ ਵਾਹ, ਇੱਦਾਂ ਚਾਚੇ ਤਾਏ ਦੇ ਪੋਤਾਂ ਦੇ ਸਿੰਘ ਫਸਾਤੇ ਮਾਸਟਰ ਜੀ ਤੁਸੀਂ ਰੋਡਿਆਂ ਵਾਲੇ ਦੋਨੀਆਂ ਟੀਮਾਂ ਹੀ, ਕੱਲੇ ਰੋਡੇ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਰੋਡਿਆਂ ਦੀਆਂ ਟੀਮਾਂ ਦੋਨਾਂ ਦੇ ਆਪਸ ਵਿੱਚ ਸਿੰਘ ਫਸੇ ਹੈ। ਤੀਜੇ ਰਾਊਂਡ ਦੀ ਲਿਸਟ ਵੀ ਸਾਡੇ ਕੋਲੇ ਪਹੁੰਚਦੀ ਕਰ ਦਿਓ, ਆਪਾਂ ਸਵਾਗਤ ਕਰਦੇ ਸਾਰੇ ਵੀਰਾਂ ਦਾ ਸਟੇਜ ਦੀ ਵੱਡੀ ਜ਼ਿੰਮੇਵਾਰੀ ਸਾਂਭ ਰਹੇ ਨੇ। ਹਾਂਜੀ, ਬੇਨਤੀ ਆ ਘੋੜੀਆਂ ਤੇ ਇੰਦਗੜ ਵੀਰੇ ਜਲਦੀ ਆ ਜਾਣ, ਘੋੜੀਆਂ ਤੇ ਇੰਦਗੜ ਰਾਮ ਉੱਪਲ ਸਾਡਾ ਵੀਰ ਰਾਮ ਔਲਖਾਂ ਵਾਲਾ ਯੂਐਸਏ ਨੈਟ ਤੇ ਜਿਰ ਕੇ ਬੈਠਾ, ਇਹਨਾਂ ਮੈਚਾਂ ਦਾ ਆਨੰਦ ਮਾਣਦਾ ਹੈ। ਯਾਦਵਿੰਦਰ ਗਿੱਲ ਉਹਨਾਂ ਦਾ, ਰਾਜੂ ਬਰਾੜ, ਮਨਪ੍ਰੀਤ ਧਾਲੀਵਾਲ, ਬੇਅੰਤ ਗਿੱਲ ਸੋਨੀ ਉਹਨਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ, ਤੇ ਉਹਦਾ ਹੁਣੇ ਹੁਣੇ ਫੋਨ ਆਇਆ ਬਾਹਰੋਂ, ਉਹ ਵੀ ਨੈਟ ਦੇ ਨਾਲ ਜੁੜ ਗਿਆ। ਬਹੁਤ ਬਹੁਤ ਧੰਨਵਾਦ ਰਾਮ ਉੱਪਲ ਔਲਖਾਂ ਵਾਲਾ, ਸਾਡਾ ਯਾਰ ਯੂਐਸਏ ਦੇ ਵਿੱਚ ਬੈਠਾ, ਇਹਨਾਂ ਮੈਚਾਂ ਦਾ ਆਨੰਦ ਮਾਣਦਾ, ਵੱਡੀ ਰਾਸ਼ੀ ਵੀ ਪਹੁੰਚਦੀ ਕੀਤੀ ਸਾਡੇ ਇਸ ਖੇਡ ਮੇਲੇ ਦੇ ਲਈ, ਬਹੁਤ ਬਹੁਤ ਧੰਨਵਾਦ ਉਸ ਵੀਰ ਦਾ ਵੀ। ਸਾਡੀ ਬੇਨਤੀ ਇੰਦਗੜ ਤੇ ਘੋੜੀਆਂ ਵੀਰੇ ਜਲਦੀ ਆ ਜਾਣ ਟੀਮਾਂ। ਲਓ ਸਭ ਨੇ ਬਹੁਤ ਸੋਹਣੀ ਅਗਲੀ ਕਬੱਡੀ ਪੈਂਦੀ ਹੋਈ ਖੇਡ ਦੇ ਮੈਦਾਨ ਵਿੱਚ, ਮੁੰਡਾ ਚੁੱਕਿਆ ਏ, ਆਓ ਦਿਖਦੀ ਵਿੱਚ ਝੱਕ ਪਰਮਾਤਮਾ ਮਿਹਰ ਕਰੇ ਕਿਸੇ ਖਿਡਾਰੀ ਦੀ ਕੋਈ ਚੋਟ ਨਾ ਲੱਗੇ, ਆਪਣੀ ਮਾਲਕ ਦੇ ਚਰਨਾਂ ਵਿੱਚ ਬਾਬਾ ਸਿੱਧ ਜੀ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਹੈ ਵੀ ਜਿੰਨੇ ਵੀ ਖਿਡਾਰੀ ਪੁੱਜੇ ਆ ਹੱਸਦੇ ਖੇਡਦੇ ਆਪੋ ਆਪਣੇ ਘਰਾਂ ਨੂੰ ਜਾਣਗੇ, ਜਿੰਨੇ ਵੀ ਖਿਡਾਰੀ ਇਸ ਟੂਰਨਾਮੈਂਟ ਪੁੱਜੇ ਆ ਉੱਥੇ ਭਾਈਕੇ ਟੈਂਟ ਹਾਊਸ ਔਰ ਸਾਡਾ ਬਾਈ ਹਰਜਿੰਦਰ ਸਿੰਘ ਅਥਰਾਜ ਵਾਲਾ ਜਿਨ੍ਹਾਂ ਦੀ ਸਟੇਜ ਤੇ ਔਰ ਸਾਹਮਣੇ ਟੈਂਟ ਲੱਗਾ ਹੋਇਆ ਹੈ, ਇਹਨਾਂ ਦਾ ਬਹੁਤ ਧੰਨਵਾਦ। ਹਰ ਖੁਸ਼ੀ ਦੇ ਮੌਕੇ ਤੇ ਇਹਨਾਂ ਨੂੰ ਯਾਦ ਰੱਖਣਾ ਹੈ, ਔਰ ਵੱਖ ਵੱਖ ਮੁਲਕਾਂ ਦੇ ਜਿਹੜੇ ਝੰਡੇ ਲਹਿਰਾ ਰਹੇ ਆ ਇਹ ਵੀ ਵੱਖਰੀ ਗੱਲ ਹੈ, ਔਰ ਭਾਈਕੇ ਟੈਂਟ ਹਾਊਸ ਨੂੰ ਹਰ ਖੁਸ਼ੀ ਦੇ ਮੌਕੇ ਤੁਸੀਂ ਯਾਦ ਰੱਖਣਾ, ਨਾਲ ਗੱਬਰ ਸਾਊਂਡ ਔਰ ਦਿੱਤੀ ਵੀ ਉਮਰੀਆਣਾ ਇਹਨਾਂ ਨੂੰ ਵੀ ਯਾਦ ਰੱਖਣਾ, ਰਾਜ ਸਟੂਡੀਓ ਅਰਮਾਨ ਸਟੂਡੀਓ ਸਮਾਤ ਭਾਈ ਇਹਨਾਂ ਵੀਰਾਂ ਨੂੰ ਤੁਸੀਂ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ। ਆਪਾਂ ਸਾਰਿਆਂ ਦਾ ਸਵਾਗਤ ਕਰਦੇ ਅਗਲੀ ਕਬੱਡੀ ਟੈਂਗੋ ਪਾਉਣ ਦੇ ਲਈ ਵਾਧਾ ਹੋਇਆ, ਅੱਗੇ ਫੁੱਲੇ ਵਾਲਾ ਪਿੰਡ ਰੇਸ਼ਮ ਦਾ ਪਿੰਡ ਲਾਓ, ਹਲਕਾ ਟੈਕ ਲਾ ਕੇ ਅੰਕ ਆਪਣੀ ਟੀਮ ਦੇ ਇਸੇ ਜ਼ੋਰ ਦਾ ਹੈਗਾ, ਬਹੁਤ ਹੀ ਸ਼ਾਨਦਾਰ ਮੈਚ। ਅਗਲੀਆਂ ਟੀਮਾਂ ਨੂੰ ਬੇਨਤੀ, ਇੰਦਗੜ ਤੇ ਘੋਲੀਆ ਕਲਾ, ਇੰਦਗੜ ਤੇ ਘੋਲੀਆ ਤੀਜੇ ਰਾਊਂਡ ਦਾ ਪਹਿਲਾ ਮੈਚ ਹੋਣਾ, ਇਹ ਟੀਮਾਂ ਤਿਆਰ ਰਹਿਣਗੀਆਂ, ਮਾੜੀ ਮੁਸਤਫਾ ਤੇ ਨੱਥੋ ਕੇ, ਰੌਤਾ ਤੇ ਠੱਠੀ ਭਾਈ ਵੰਦ ਡੋਟ ਇਹਨਾਂ ਚੋਂ ਜੇਤੂ ਨਾਲ ਖੇਡੇਗੀ, ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਰੋਡੇ ਤੇ ਕੱਲੇ ਰੋਡੇ ਇਹ ਟੀਮਾਂ ਤਿਆਰ ਰਹਿਣਗੀਆਂ। ਮੇਰੀ ਬੇਨਤੀ ਆ ਪਹਿਲਾਂ ਇੰਦਗੜ ਤੇ ਘੋਲੀਆ ਕਲਾਂ ਦੀਆਂ ਟੀਮਾਂ ਜਲਦੀ ਪਹੁੰਚਣਗੀਆਂ। ਅਲ ਅਗਰਾ ਮੇਰੀ ਬੇਨਤੀ ਅਗਲੀ ਕਮੈਂਟਰੀ ਲਈ ਬੂਟਾ ਖਾਨ ਤੇ ਦਵਿੰਦਰ ਚਲਿਕ ਜੀ ਉਹ ਵੀ ਗਰਾਊਂਡ ਤੇ ਆਉਣਗੇ। ਬਹੁਤ ਸੋਹਣਾ ਚੱਲਦਾ ਮੁਕਾਬਲਾ, ਅਗਲੀ ਕਬੱਡੀ ਫਿਰ ਜੱਸਾ ਵਧਦਾ ਹੋਇਆ ਅੱਗੇ, ਫੁੱਲੇ ਵਾਲੀ ਜੱਸਾ ਬਹੁਤ ਹੀ ਸ਼ਾਨਦਾਰ ਚੱਲਦਾ ਹੈ ਮੁਕਾਬਲਾ, ਵੀ ਲੱਗਦੀ ਜਵਾਨੀ ਚੰਗੀ ਹੱਸਦੀ ਖੇਡਦੀ, ਇਹ ਗੱਭਰੂ ਹੱਸਦੇ ਖੇਡਦੇ ਚੰਗੇ ਲੱਗਦੇ। ਆਓ ਦੇਖਦਾ ਵੀ ਮੁੰਡਾ ਅਸਲਤ ਪੂਰਾ ਜ਼ੋਰ ਲਾ ਰਿਹਾ ਹੈ, ਦੂਸਰੇ ਪਾਸੇ ਵੇਖਦਾ ਮੁਕਾਬਲਾ ਅਸਲਤ ਹੈ, ਹੁੰਦੀ ਬੱਲੇ ਬੱਲੇ ਕਬੱਡੀ ਦੇ ਖੇਡ ਮੈਦਾਨ ਵਿੱਚ, ਆਓ ਵੇਖਦਾ ਵੀ ਬੰਦਾ ਢਾ ਕੇ ਇੱਕ ਤੇ ਪਰ ਮੁਕਾਬਲਾ ਅਸਲਤ ਹੈ, ਗੋਭੀ ਤੇ ਬਦਲੀ ਵਾਲੀ ਗੱਲ ਫਿਰ ਬਣੀ ਹੋਈ ਹੈ, ਇੱਕ ਪਾਸੇ ਸ਼ਾਮਲੇ ਜਿਹੇ ਰੰਗ ਦਾ ਮੁੰਡਾ ਹੈ, ਦੂਸਰੇ ਪਾਸੇ ਵੇਖਦਾ ਵੀ ਮੁੰਡਾ ਗੁਰਾ ਨਿਸ਼ੋਰਾ, ਤੇ ਆਓ ਜਦਾ ਜੱਸਾ ਤਾੜੀ ਮਾਰ ਦਿਓ, ਮੁੰਡਾ ਹੱਥਾਂ ਚੋਂ ਨਿਕਲ ਗਿਆ, ਪੂਰਾ ਜ਼ੋਰ ਲੱਗਿਆ, ਜੱਸੇ ਨੇ ਅੰਕ ਆਪਣੀ ਟੀਮ ਦੇ ਇਸੇ ਜ਼ੋਰ ਤਾਂ ਫੁੱਲੇ ਵਾਲੀ ਗੱਲ ਪੂਰਾ ਜ਼ੋਰ ਲੱਗਿਆ। ਅਗਲਾ ਮੈਚ ਚੰਡੀਗੜ੍ਹ ਤੇ ਘੋਲੀਆ, ਮਾੜੀ ਮੁਸਤਫਾ ਤੇ ਨੱਥੋਕੇ ਦੀਆਂ ਟੀਮਾਂ ਤਿਆਰ ਰਹਿਣਗੀਆਂ, ਘੋਲੀਏ ਦੀ ਟੀਮ ਅੰਦਰ ਹੁਣੀ ਪੁੱਜੇ ਤੇ ਮੇਰੀ ਬੇਨਤੀ ਆ ਇੰਦਗੜ੍ਹ ਦੀ ਟੀਮ ਜਿਹੜੀ ਜਲਦੀ ਪੁੱਜੇ ਗਰਾਊਂਡ ਵਿੱਚ, ਇੰਦਗੜ੍ਹੀਏ ਮੁੰਡੇ ਪਹੁੰਚ ਚੁੱਕੇ।
सो राम भी अज इस टूरनामेंट न जुड़िया उत्थे हैप्पी का भी फोन आया साडे वीर दा लवरान तो वह भी अज्ज के मैचों नूं उत्थे राम औलखा कहिंदे वी वड्डा टूरनामेंट पिंड च कराउंदे आ ते आउण वाले टूरनामेंट ते निम्मा भोडीपुरिया ते बूटे खान दा वी औलखा दे कबड्डी कप ते मान सम्मान ता जावेगा और साडा भी राम औलख वह भी प्यार दे रहा है सूबा निम्मा भोडीपुरिया ते बूटे खान दा मान सम्मान करेगा ਬੇਨਤੀ ਆ ਘੋੜੀਆ ਤੇ ਅੰਧਗੜ੍ਹ ਮੇਰੇ ਜਲਦੀ ਗਰਾਊਂਡਾਂ ਵੱਲ ਆ ਜਾਣ ਘੋੜੀਆ ਤੇ ਅੰਧਗੜ੍ਹ ਦੋਨੋਂ ਟੀਮਾਂ ਪੁੱਜੀਆਂ ਹੋਈਆਂ ਉਸ ਤੋਂ ਅਗਲੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਰੇਡਰ ਵੀਰੇ ਆਪੋ ਆਪਣੇ ਚੈੱਕ ਕਰ ਲਓ ਵੀਰੇ ਬੇਨਤੀ ਆ ਤੁਸੀਂ ਵੇਟਿੰਗ ਬਾਕਸ ਦੇ ਵਿੱਚ ਖੜੇ ਆ ਉੱਥੇ ਸਰਦਾਰ ਹੈਲੋ ਸਰਦਾਰ ਗਰਮੇਲ ਸਿੰਘ ਜੀ ਯੂਐਸਏ ਚ ਬੈਠੇ ਆ ਆ ਧਾਲੀਵਾਲ ਪਰਿਵਾਰ ਆ ਬੂਟੇ ਦੇ ਸਾਡੇ ਪ੍ਰਧਾਨ ਜੀ ਉਹਨਾਂ ਦੇ ਅੰਕਲ ਜੀ ਆ ਗੁਰਮੇਲ ਸਿੰਘ ਜੀ ਯੂਐਸਏ ਉਹ ਵੀ ਅੱਜ ਦੇ ਮੈਚਾਂ ਨੂੰ ਲਾਈਵ ਤੱਕਦੇ ਆ ਉਹਨਾਂ ਦੇ ਨਾਲ ਸਰਦਾਰ ਮੱਗਰ ਸਿੰਘ ਜੀ ਯੂਐਸਏ ਸਰਦਾਰ ਰਣਜੀਤ ਸਿੰਘ ਜੀ ਯੂਐਸਏ ਉਹ ਵੀ ਕਬੱਡੀ 365.com ਦੇ ਨਾਲ ਜੁੜੇ ਹੋਏ ਆ ਆਪਾਂ ਧੰਨਵਾਦ ਕਰਦੇ ਆ ਅੱਜ ਦੇ ਇਸ ਟੂਰਨਾਮੈਂਟ ਦੇ ਨਾਲ ਅੱਜ ਦੀ ਕੱਲੀ ਕੱਲੀ ਕਬੱਡੀ ਨੂੰ ਦੇਖ ਰਹੇ ਆਪਾਂ ਸਵਾਗਤ ਕਰਦੇ ਬੂਟਾ ਪ੍ਰਧਾਨ ਜੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਗੁਰਮੇਲ ਸਿੰਘ ਯੂਐਸਏ ਸਰਦਾਰ ਮੱਗਰ ਸਿੰਘ ਯੂਐਸਏ ਰਣਜੀਤ ਸਿੰਘ ਯੂਐਸਏ ਉਹ ਵੀ ਅੱਜ ਦੇ ਮੈਚਾਂ ਨੂੰ ਕਬੱਡੀ 365.com ਦੇ ਜੀਏ ਦੇਖ ਰਹੇ ਆ ਆਪਾਂ ਸਵਾਗਤ ਕਰਦੇ ਹਾਂ ਅਗਲੀ ਕਬੱਡੀ ਜੱਸੇ ਨੇ ਫਿਰ ਪਾਈ ਹੈ ਤੇ ਦੂਸਰੇ ਪਾਸੇ ਇਸ ਵਕਤ ਟਰਾਈ ਕਰਦਾ ਗੱਭਰੂ ਬਹੁਤ ਸੋਹਣਾ ਮੁਕਾਬਲਾ ਸਖ਼ਤ ਚੀਤੇ ਵਾਲਾ ਗੱਭਰੂ ਟਰਾਈ ਕਰਦਾ ਹੈ ਕਹਿੰਦੇ ਨਿਰਭੈ ਸਿੰਘ ਜੀ ਚੀਤੇ ਦਾ ਪਿੰਡ ਹੈ ਸਾਡੇ ਸਾਥੀ ਨੇ ਔਰ ਸਾਡਾ ਮਾਣ ਕੀਤਾ ਹੈ ਔਰ ਵੱਡਾ ਮਾਣ ਕੀਤਾ ਆਪਾਂ ਧੰਨਵਾਦ ਕਰਦੇ ਹਾਂ ਔਰ ਬਹੁਤ ਬਹੁਤ ਸਵਾਗਤ ਕਰਦੇ ਸਖਰਾਜ ਰੋਡੇ ਦਾ ਤੇ ਨਿਰਮਲ ਲੰਘਣੇ ਦਾ ਚੀਤਾ ਨਿਰਭੈ ਸਿੰਘ ਜੀ ਚੀਤਾ ਹਾਂਜੀ ਮੈਚ ਸਮਾਪਤ ਤੇ ਕਿਹੜੀ ਟੀਮ ਜੇਤੂ ਹੈ ਜੀ ਫੂਲੇ ਵਾਲਾ ਫੂਲੇ ਵਾਲਾ ਠੀਕ ਹੈ ਜੀ ਫੂਲੇ ਵਾਲਾ ਜੇਤੂ ਆ ਨੋਟ ਕਰ ਦੋ ਬਾਈ ਜੀ ਫੂਲੇ ਵਾਲਾ ਉਧਰ ਬਾਬਾ ਸਿੰਘ ਜੀ ਜਗ੍ਹਾ ਤੇ ਲੰਗਰ ਚੱਲ ਰਿਹਾ ਚਾਹ ਦੇ ਪਕੌੜਿਆਂ ਦਾ ਪ੍ਰਸ਼ਾਦੇ ਦਾ ਕਿਸੇ ਵੀਰ ਨੂੰ ਵੀ ਛਕਣਾ ਹੋਵੇ ਜਾ ਕੇ ਛਕ ਸਕਦਾ ਆਓ ਬੂਟਾ ਖਾਨ ਆਲਮ ਵਾਲਾ ਜੀ ਬੇਨਤੀ ਆ ਵੀ ਗਰਾਊਂਡਾਂ ਵੱਲੋਂ ਆ ਜਾਣ ਇਸ ਏਰੀਏ ਦੇ ਵਧੀਆ ਬੁਲਾਰੇ ਨੇ ਉਹਨਾਂ ਦਾ ਵੀ ਮਾਣ ਕੀਤਾ ਜਾਵੇਗਾ ਬੂਟਾ ਖਾਨ ਆਲਮ ਵਾਲਾ ਜੀ ਉਹ ਵੀ ਜਲਦੀ ਗਰਾਊਂਡਾਂ ਵੱਲੋਂ ਆ ਜਾਣ ਹਿੰਦਗੜ੍ਹ ਤੇ ਘੋਲੀਏ ਦਾ ਮੁਕਾਬਲਾ ਸ਼ੁਰੂ ਕਰ ਦਿਓ ਜੀ ਹਿੰਦਗੜ੍ਹ ਤੇ ਘੋਲੀਆ ਮੰਦਰ ਉਰੇ ਆਈ ਮੜਾ ਘੋਲ ਗਿਆ ਲੋ ਪਹਿਲਾਂ ਘੋਲੀਏ ਦੀ ਰੇੜਾ ਘੋਲੀਆ ਪਹਿਲਾਂ ਆਈ ਹੈ ਘੋਲੀਆ ਪਹਿਲਾਂ ਆਈ ਹੈ ਐਵੇਂ ਨਾ ਹੱਥ ਜਾ ਕੇ ਰੌਲਾ ਪਾ ਕਰੋ ਘੋਲੀਏ ਦੀ ਪਹਿਲੀ ਕਬੱਡੀ ਤੇ ਸ਼ੁਰੂ ਕਰ ਦਿਓ ਮੈਚ ਪ੍ਰਗਟ ਮਾਰ ਮਿਸਲ ਸਿੱਟ ਲਾ ਇਹਨੂੰ ਕੋਈ ਜਲਦੀ ਯਾਰ ਲਓ ਬਹੁਤ ਸੋਹਣਾ ਮੁਕਾਬਲਾ ਆਪਾਂ ਤੱਕਾਂਗੇ ਹਿੰਦਗੜ੍ਹ ਪਿੰਡ ਬੜਾ ਮਸ਼ਹੂਰ ਹੈ ਤੇ ਦੂਸਰੇ ਪਾਸੇ ਘੋਲੀਆ ਕਲਾ ਆਓ ਜੀ ਬੂਟਾ ਖਾਨ ਜੀ ਘੋਲੀਆ ਖੁਰਦ ਤੇ ਹਿੰਦਗੜ੍ਹ ਦਾ ਮੁਕਾਬਲਾ ਤੁਸੀਂ ਤੱਕਦੇ ਘੋਲੀਏ ਦੀ ਟੀਮ ਜਿਹੜੀ ਆ ਇਹ ਟੀਮ ਸਟੇਜ ਵਾਲੇ ਪਾਸੇ ਘੋਲੀਆ ਕਲਾਂ ਦੀ ਟੀਮ ਆ ਜੀ ਨੋਟ ਕਰ ਲਓ ਹਿੰਦਗੜ੍ਹ ਦੀ ਟੀਮ ਸਾਹਮਣੇ ਸੜਕ ਵਾਲੇ ਪਾਸੇ ਆ ਬਾਬੇ ਦੀ ਜਗ੍ਹਾ ਵਾਲੇ ਪਾਸੇ ਜੀ ਟੀਮ ਹੈ ਇਹ ਟੀਮ ਹਿੰਦਗੜ੍ਹ ਦੀ ਹੈ ਗੁਰਵਿੰਦਰ ਸਿੰਘ ਨੇ ਘੋਲੀਏ ਵੱਲੋਂ ਪਹਿਲੀ ਕਬੱਡੀ ਪਾਈ ਹੈ ਵੀ ਖੇਡਦਾ ਕਬੱਡੀ ਮੁੰਡਾ ਪਹਿਲੀ ਕੌਡੀ ਪਾਈ ਹੋਵੇ ਔਰ ਪੈਂਦੀ ਰੇਡ ਵੇਖ ਤਾੜੀ ਦਰਸ਼ਕਾਂ ਵਜਾਈ ਹੋਵੇ ਇੱਕ ਜੋਰ ਨਾਲ ਲੈ ਕੇ ਜਦੋਂ ਮੁੰਡਾ ਅੰਕ ਆਲ ਹੰਗਾਂ ਦੇ ਵਿੱਚ ਵੜਦਾ ਫਿਰ ਦਿਲ ਗੱਭਰੂ ਦਾ ਉੱਡ ਜੂ ਕਰਦਾ ਫਿਰ ਦਿਲ ਗੱਭਰੂ ਦਾ ਉੱਡ ਜੂ ਕਰਦਾ ਆਓ ਵਿਖਦੇ ਵੀ ਉੱਡ ਉੱਡ ਕਰਦੀ ਜਵਾਨੀ ਤੇ ਅੰਕ ਗੁਰਵਿੰਦਰ ਸਿੰਘ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਘੋਲੀਏ ਦੇ ਅਗਲੀ ਕਬੱਡੀ ਆਸਕਤ ਵਾਧਾ ਹੋਇਆ ਔਰ ਸੋਢੀ ਨੇ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਵਿੱਚ ਇੰਦਗੜ੍ਹੀਆ ਮੁੰਡਾ ਬੜਾ ਤੇਜ਼ ਤਰਾਕ ਬਹੁਤ ਹੀ ਵਧੀਆ ਮੁਕਾਬਲਾ ਸੋਢੀ ਨੇ ਪਾਈ ਕਬੱਡੀ ਇੰਦਗੜ੍ਹ ਦਾ ਗੱਭਰੂ ਤੇ ਦੂਸਰੇ ਪਾਸੇ ਮੰਦਰ ਬੜਾ ਖਤਰਨਾਕ ਗਿਆ ਵੀ ਆਓ ਕਰਦਾ ਟਰਾਈ ਮੈਂ ਪਹਿਲਾਂ ਵੀ ਗੱਲ ਕੀਤੀ ਮੰਦਰ ਟੌਪ ਦਾ ਜਾਫੀ ਆ ਆਓ ਭਰੀਆਂ ਹੋਈਆਂ ਬਗਲਾਂ ਤੇ ਐਸਤ ਕਰਦਾ ਫਟਕੜੀ ਖਿੱਲ ਦੀਵਾ ਗੁੱਲ ਤੇ ਮੈਨੂੰ ਲੱਗਦਾ ਪਾਪਾ ਕੱਟੇ ਤੇ ਝੁੱਲ ਇਹ ਤਾਂ ਗੱਲ ਹੀ ਬਣੀ ਹੋਈ ਹੈ ਮੁਕਾਬਲਾ ਅਸਲਤ ਆਓ ਦੇਖਦੇ ਵੀ 30 ਸਕਿੰਟ ਦੀ ਸਮਾਂ ਵੀ ਜਿਹੜਾ ਬੀਤਦਾ ਜਾ ਰਿਹਾ ਹੈ ਤੇ ਨਿੰਮੇ ਨੇ ਵਿਸਲ ਮਾਰਤੀ ਵੀ ਅੰਕ ਘੋਲੀਏ ਵਾਲੇ ਮੰਦਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਤਾਈ ਅਗਲੀ ਪੈਂਦੀ ਕਬੱਡੀ ਤੇ ਗੱਲ ਬੂਟਾ ਖਾਨ ਕਰੇਗਾ ਕਲਗੀ ਬਾਲਿਆ ਕਰਾਂ ਕਿ ਸਿਫਤ ਤੇਰੀ ਕਾਗਜ਼ ਕਲਮ ਤੇ ਤੇਰਾ ਆਕਾਰ ਵੱਡਾ ਤੇਰੀ ਸੋਭਾ ਵੱਡੀ ਤੇਰੀ ਵਡਿਆਈ ਵੱਡੀ ਤੇਰੇ ਗੁਣਾਂ ਦਾ ਚੋਜੀ ਹੈ ਭੰਡਾਰ ਵੱਡਾ ਤੇਰੀ ਤਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ
ਕੀਤਾ ਦਾ ਸਿਰਾਂ ਦਾ ਤੁਸੀਂ ਹੈ ਵਪਾਰ ਵੱਡਾ ਤੇ ਜੁਗਾ ਜੁਗਾ ਨਾਲ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਪੰਜਾਬ ਦੀ ਧਰਤੀ ਰਿਸ਼ੀਆਂ ਤੇ ਮੁੰਡੀਆਂ ਦੀ ਧਰਤੀ ਆ ਯੋਧਿਆਂ ਨੂੰ ਜਨਮ ਦਿੱਤਾ ਇਸ ਪੰਜਾਬ ਦੀ ਧਰਤੀ ਨੇ ਪੰਜਾਂ ਦਰਿਆਵਾਂ ਦੀ ਧਰਤੀ ਹਿੰਦੁਸਤਾਨ ਦਾ ਸੂਬਾ ਪੰਜਾਬ ਔਰ ਕਹਿੰਦੇ ਵੀ 22 ਜ਼ਿਲ੍ਹੇ ਆ ਤੇ ਗੱਲ ਜ਼ਿਲ੍ਹੇ ਮੋਗੇ ਦੀ ਅੱਜ ਕਹਿੰਦੇ ਵੀ ਮਾੜੀ ਦੀ ਧਰਤੀ ਤੇ ਗੁਲਾਬ ਖੇਡਿਆ ਕਬੱਡੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਕਬੱਡੀ 62 ਕਿਲੋ ਭਾਰ ਰਗਦਾ ਔਰ ਪੂਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ 47ਵੇਂ ਸਾਲ ਦੇ ਇਸ ਸ਼ਾਨਦਾਰ ਕਬੱਡੀ ਟੂਰਨਾਮੈਂਟ ਬਾਬਾ ਸਿੱਧ ਲਛਮਣ ਯੂਥ ਸਪੋਰਟਸ ਕਲੱਬ ਦੇ ਸਾਰੇ ਆਰਗੇਨਾਈਜ਼ਰ ਵੀਰ ਅਸੀਂ ਧੰਨਵਾਦ ਕਰਾਂਗੇ ਸਾਡੇ ਰੂਪ ਸਿੰਘ ਜੀ ਧਾਲੀਵਾਲ ਸਾਹਿਬ ਉੱਥੇ ਬੂਟਾ ਸਿੰਘ ਜੀ ਪ੍ਰਧਾਨ ਜੱਸਾ ਸਾਡਾ ਵੀਰ ਕੈਸ਼ੀਅਰ ਇਸ ਕਲੱਬ ਦਾ ਉੱਥੇ ਕਾਲਾ ਜਟਾਨਾ ਪ੍ਰਗਟ ਜਸਵੀਰ ਸਿੰਘ ਜੀ ਜੱਟ ਗਿਆਨ ਸਿੰਘ ਜੀ ਸੰਘਾ ਸਾਹਿਬ ਵੱਡੇ ਜਿਹੜੇ ਯਤਨ ਹੈ ਉੱਥੇ ਕੇਵਲ ਸਿੰਘ ਜੀ ਮੱਲੀ ਸਾਹਿਬ ਅਵਤਾਰ ਸਿੰਘ ਜੀ ਤਾਰੂ ਸਾਡਾ ਵੀਰ ਇਕਬਾਲ ਸਿੰਘ ਜੀ ਧਾਲੀਵਾਲ ਸੋਨੀ ਧਾਲੀਵਾਲ ਬੇਅੰਤ ਗਿੱਲ ਸਾਡਾ ਵੀਰ ਮਨਪ੍ਰੀਤ ਧਾਲੀਵਾਲ ਯਾਦਵਿੰਦਰ ਗਿੱਲ ਰਾਜੂ ਬਰਾੜ ਉਹਨਾਂ ਨੇ ਵੱਡੇ ਯਤਨ ਕੀਤੇ ਆ ਗੁਰਮੀਤ ਗੀਤੀ ਕੁਲਵਿੰਦਰ ਗਿੱਲ ਸਾਡਾ ਵੀਰ ਸੂਬਾ ਧਾਲੀਵਾਲ ਜੀ ਉਹ ਵੀ ਵੱਡੀ ਜਿਹੜੀ ਗਰਾਊਂਡ ਦੀ ਸੇਵਾ ਦੇ ਰਹੇ ਆ ਨਿੰਮਾ ਸਾਡਾ ਵੀਰ ਧਾਲੀਵਾਲ ਕਰਮਜੀਤ ਪੱਤੋ ਜੀ ਬਾਈ ਜੀ ਇੰਦਗੜ ਦਾ ਤਰਾਜ ਆ ਘੋਲ ਗਏ ਤੇ ਇਧਰ ਇੰਦਗੜ ਦੀ ਤਰੀਕ ਤੇ ਜਿਹੜਾ ਤਰਾਜ ਆ ਉੱਥੇ ਧੰਨਵਾਦ ਕਰਾਂਗੇ ਸਾਡੇ ਆਸ਼ੂ ਬਰਾੜ ਜੀ ਬਹਾਦਰ ਸਿੰਘ ਜੀ ਬਰਾੜ ਮੱਖਣ ਸਿੰਘ ਜੀ ਵੱਡੇ ਜਿਹੜੇ ਯੋਗਦਾਨ ਆ ਰਾਜ ਸਿੰਘ ਜੀ ਸਟੂਡੀਓ ਵਾਲੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਗੁਰਮੀਤ ਸਾਡਾ ਵੀਰ ਨਾਲ ਗੁਰਜੰਟ ਸਿੰਘ ਜੀ ਨੰਬਰਦਾਰ ਸਾਹਿਬ ਦੀਪ ਬਰਾੜ ਕਾਲਾ ਧਾਲੀਵਾਲ ਪੰਮਾ ਮੱਲੀ ਔਰ ਸੰਤੂ ਸਾਡਾ ਵੀਰ ਜਸਵੰਤ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਸਾਰੇ ਵੀਰਾਂ ਦੀਆਂ ਅਸੀਂ ਧੰਨਵਾਦ ਕਰਾਂਗੇ ਉੱਥੇ ਸਾਡੇ ਜਿਹੜੇ ਸੇਵਾਦਾਰ ਆ ਲੰਗਰ ਦੀ ਸੇਵਾ ਬਲਦੇਵ ਸਿੰਘ ਜੀ ਪੱਟੀ ਸਾਹਿਬ ਜਗਰੂਪ ਸਿੰਘ ਜੀ ਜੂਪਾ ਨਾਲ ਸਾਡਾ ਵੀਰ ਨੀਲਾ ਸਿੰਘ ਪ੍ਰੀਤਮ ਸਿੰਘ ਜੀ ਲੱਖਾ ਨਾਲ ਗੁਰਦੇਵ ਸਿੰਘ ਉਹਨਾਂ ਦਾ ਵੱਡਾ ਜਿਹੜਾ ਧੰਨਵਾਦ ਹੈ ਜਿਹਨਾਂ ਵੀਰਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਇਸ 47ਵੇਂ ਸਾਲ ਦੇ ਖੇਡ ਮੇਲੇ ਲਈ ਆਏ ਔਰ ਜਿੰਨੀ ਵੀ ਸੰਗਤ ਪੁੱਜੀ ਹੋਈ ਹੈ ਇਸ ਗੋਲ ਜਿਹੇ ਦਾਇਰੇ ਦੇ ਨਾਲ ਬੈਠੇ ਹੋਏ ਸਾਡੇ ਸਤਿਕਾਰਯੋਗ ਵੀਰ ਹੈ ਉਹਨਾਂ ਵੀਰਾਂ ਦਾ ਜਿਹੜਾ ਵੱਡਾ ਧੰਨਵਾਦ ਕੀਤਾ ਜਾ ਰਿਹਾ ਉੱਥੇ ਅਸੀਂ ਧੰਨਵਾਦ ਕਰਾਂਗੇ ਵੱਡੇ ਯੋਗਦਾਨ ਸਰਦਾਰ ਗੁਰਮੇਲ ਸਿੰਘ ਜੀ ਯੂਐਸਏ ਵਾਲੇ ਬੱਗਰ ਸਿੰਘ ਜੀ ਯੂਐਸਏ ਰਣਜੀਤ ਸਿੰਘ ਜੀ ਯੂਐਸਏ ਨੈਟ ਦੇ ਨਾਲ ਜਿਹੜੇ ਜੁੜੇ ਹੋਏ ਆ ਕਿਉਂਕਿ ਕਬੱਡੀ ਦਾ ਜਿਹੜਾ ਕਰੇਜ਼ ਆ ਕਬੱਡੀ ਦਾ ਜਨੂਨ ਹੈ ਪੂਰੇ ਪੰਜਾਬ ਚ ਨੀ ਪੂਰੇ ਹਿੰਦੁਸਤਾਨ ਚ ਨੀ ਪੂਰੇ ਵਰਲਡ ਦੇ ਵਿੱਚ ਜਿੱਥੇ ਕਹਿੰਦੇ ਵੀ ਪੰਜਾਬੀਆਂ ਨੇ ਵਾਸਾ ਕੀਤਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ ਕਹਿੰਦੇ ਵੀ ਕਬੱਡੀ 365.com ਰਾਹੀਂ ਜੁੜੇ ਬੈਠੇ ਆ ਸਾਡੇ ਸਤਿਕਾਰਯੋਗ ਵੀਰ ਕੋਈ ਕੈਨੇਡਾ ਵਿੱਚ ਬੈਠਾ ਕੋਈ ਬੜੀਲਾ ਵਿੱਚ ਬੈਠਾ ਕੋਈ ਮੇਰੇ ਵੀਰ ਇੰਗਲੈਂਡ ਦੇ ਵਿੱਚ ਬੈਠਾ ਕੋਈ ਆਸਟ੍ਰੇਲੀਆ ਵਿੱਚ ਬੈਠਾ ਕੋਈ ਦੁਬਈ ਦੇ ਵਿੱਚ ਬੈਠਾ ਨਾ ਮੈਂ ਦਾ ਆਨੰਦ ਮਾਰ ਰਿਹਾ ਕਬੱਡੀ 365.com ਰਾਹੀਂ ਸਾਰੇ ਵੀਰਾਂ ਦਾ ਧੰਨਵਾਦ ਹੈ ਔਰ ਇਧਰਲੇ ਪਾਸੇ ਮੈਚ ਜਿਹੜਾ ਖੇਡਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਨਿਰਮਲ ਲੰਘੇ ਨਾ ਕਰੂਗੇ ਗੱਲ ਇਸ ਕਬੱਡੀ ਦੀ ਲਓ ਸਾਹਮਣੇ ਵੇਖਦੇ ਵੀ ਘੋਲੀਏ ਲੋ ਗੁਰਵਿੰਦਰ ਸਿੰਘ ਨੇ ਕਬੱਡੀ ਪਾਈ ਹੈ ਤੇ ਦੂਸਰੇ ਪਾਸੇ ਆਓ ਦੇਖਦੇ ਵੀ ਕੰਨੀ ਵਾਲਾ ਜਾਫੀ ਟੁੱਟ ਕੇ ਲੱਗਿਆ ਹੋਇਆ ਹਿੰਦਗੜ ਪਿੰਡ ਬੜਾ ਮਸ਼ਹੂਰ ਪਿੰਡ ਹੈ ਹਿੰਦਗੜੀਏ ਮੁੰਡੇ ਨੇ ਸ਼ਾਨਦਾਰ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਕਿਤੇ ਬਗੀਚੇ ਦੀ ਚਰਚਾ ਕਿਤੇ ਨਿੰਦਰ ਦੀ ਕਬਾਜੀ ਰਾਜ ਫੋਟੋ ਸਟੂਡੀਓ ਜੀ ਸਾਡੇ ਜਿੱਥੇ ਵੀ ਆਵਾਜ਼ ਨੂੰ ਸੁਣਦੇ ਆ ਮੇਰੀ ਬੇਨਤੀ ਆ ਵੀ ਸਾਡੇ ਸਟੇਜ ਤੇ ਪੁੱਜਣ ਜੀ ਰਾਜ ਫੋਟੋ ਸਟੂਡੀਓ ਜੀ ਉਹਨਾਂ ਨੂੰ ਬੇਨਤੀ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਮੈਚ ਖੇਡ ਕਬੱਡੀ ਦਾ ਸੋਢੀ ਇੰਦਗੜੀਆ ਮੇਰੇ ਵੀਰੋ ਵੇਖੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਸੋਢੀ ਨੇ ਆਪਣੀ ਟੀਮ ਲਈ ਜੋੜਿਆ ਅਗਲੀਆਂ ਟੀਮਾਂ ਜਿਹੜੀਆਂ ਨਿਰਮਲ ਸਾਡਾ ਵੀਰ ਬਾੜੀ ਮੁਸਤਫਾ ਤੇ ਨੱਥੋਕਿਆਂ ਦੀ ਟੀਮ ਦੇ ਦਰਮਿਆਨ ਜਿਹੜਾ ਇਹ ਮੈਚ ਖੇਡ ਕਬੱਡੀ ਦਾ ਨੱਥੋਕੇ ਪੁੱਜੀ ਹੋਈ ਆ ਬਾੜੀ ਦੀ ਟੀਮ ਵੀ ਆ ਗਈ ਹੈ ਹਰਜੀਤ ਦੀਤੇ ਵਰਗੇ ਸਾਬੀ ਵਰਗੇ ਪੁੱਜੇ ਆ ਵੱਡੀ ਦੇਹ ਨੰਦਾ ਖਿਡਾਰੀਆਂ ਦੀ ਆ ਖੇਡ ਕਬੱਡੀ ਨੂੰ ਅਗਲੇ ਮੈਚਾਂ ਦੀਆਂ ਟੀਮਾਂ ਕਬੱਡੀ 70 ਕਿਲੋ ਭਾਰ ਵਰਗ ਦੀਆਂ ਜਿੰਨੀਆਂ ਵੀ ਟੀਮਾਂ ਐਂਟਰ ਆਏ ਆਪਣਾ ਵਜਨ ਕਰਵਾ ਲੈਣ ਜਲਦੀ ਨਾਲ ਜਿਹੜੀਆਂ ਟੀਮਾਂ ਪੁੱਜੀਆਂ ਹੋਈਆਂ ਕਬੱਡੀ 70 ਕਿਲੋ ਭਾਰ ਵਰਗ ਦੀਆਂ ਨਾਲੇ ਕਬੱਡੀ 80 ਕਿਲੋ ਭਾਰ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਲਦੀ ਨਾਲ ਐਂਟਰ ਹੋ ਜਾਣ ਬਹੁਤ ਬਹੁਤ ਧੰਨਵਾਦ ਹੈ ਕਬੱਡੀ 365.com ਦਾ ਉੱਥੇ ਗੱਬਰ ਸਾਂਡ ਉਮਰੀਆਣਾ ਪਿੰਡ ਹੈ
ਬਾਪੂ ਕਰਨੈਲ ਸਿੰਘ ਉਹਨਾਂ ਦੀ ਦੁਨੀਆ ਦੀ ਕਹਿੰਦੇ ਵੀ ਹੀਰੋ ਸਾਊਂਡ ਦਾ ਗਬਰ ਸਾਊਂਡ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਪ੍ਰਗਟ ਢਿਲਮਾ ਵਾਲਾ ਸਾਡਾ ਯਾਰ ਤੇ ਪੋਡੀਪੁਰੀਆ ਨਿੰਮਾ ਵਿਸ਼ੇਸ਼ ਤੌਰ ਤੇ ਪੁੱਜੇ ਆ। ਗੁਰਜੀਤ ਖਾਲਸਾ ਤੇ ਆਲਮ ਵਾਲੀ ਅਜਮੇਰ ਉਹਨਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਕਬੱਡੀ ਦੇ ਇਸ ਮਹਾਕੁੰਭ ਦੇ ਲਈ ਆ। ਵੱਡਾ ਧੰਨਵਾਦ। ਲਓ ਖੇਡਦੇ ਮੈਦਾਨ ਦੇ ਵਿੱਚ ਘੋਲੀਏ ਵਾਲੇ ਨੇ ਪੁਆਇੰਟ ਆਪਣੀ ਟੀਮ ਦੀ ਜੋੜ ਦਿੱਤਾ। ਅਮਨ ਇੰਦਗੜੀਆ ਰੇਸ਼ਮ ਵਰਗੇ ਪ੍ਰਸਿੱਧ ਹੋਇਆ, ਧਰਮਾ ਕੈਨੇਡਾ ਦੇ ਵਿੱਚ ਸੈਟਲ ਆ, ਨਿੰਦਰ ਵਰਗੇ ਪ੍ਰਸਿੱਧ ਆ, ਕਬੱਡੀ ਦੇ ਮਹਾਨ ਖਿਡਾਰੀਆਂ ਦਾ ਪਿੰਡ ਆ। ਲਓ ਸਾਹਮਣੇ ਇੰਦਗੜੀਏ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ। ਘੋਲੀਏ ਵਾਲਾ ਖੇਡਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਦਾ ਬੋਲਿਆ ਹੋਇਆ ਧਾਵਾ ਕਿ ਰਣ ਜਿੱਤਣ ਨੂੰ ਸੂਰਮਾ ਹਰਦਮ ਰਹੇ ਤਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾਂ ਕਰਜੇ ਬਾਹਰ ਉਹਦੀ ਜਿੱਤ ਹਮੇਸ਼ਾ ਦੋਸਤੋ। ਘੋਲੀਏ ਵਾਲਾ ਇਸ ਵੇਲੇ ਭੱਜਿਆ ਜਾਂਦਾ, ਨਾਉਜਤ ਗਬਰੂ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ। ਅਗਲੀਆਂ ਟੀਮਾਂ ਨੂੰ ਬੇਨਤੀ ਆ, ਮਾੜੀ ਮੁਸਲਾ ਫੌਜੀ ਤੇ ਨੱਥੋ ਕਲੇ ਆ ਗਏ ਜੀ। ਲਓ ਅਗਲਾ ਮੈਚ ਵੀ ਬਹੁਤ ਤਕੜਾ ਖੇਡਿਆ ਜਾਣਾ, ਤੁਹਾਡੇ ਪਿੰਡ ਦੀ ਟੀਮ ਹੈ, ਕਹਿੰਦੇ ਵੀ ਪੂਰੇ ਤਿਆਰੀ ਚ ਸੁੱਚੇ ਹੋਣੀ, ਇਧਰੋਂ ਹੀਤੇ ਹੋਣੀ ਪੂਰੀ ਤਿਆਰੀ ਦੇ ਵਿੱਚ ਆ, ਤੇ ਇਧਰੋਂ ਲਵਪ੍ਰੀਤ ਹੋਣੀ ਵੀ ਪੂਰੀ ਤਿਆਰੀ ਦੇ ਵਿੱਚ ਹੈ, ਨੱਥੋਕਾਂ ਦੀ ਟੀਮ ਵੀ ਪੂਰੀ ਸਿਰੇ ਦੀ ਟੀਮ ਹੈ, ਬਹੁਤ ਤਕੜੇ ਰਿਕਾਰਡ ਚ ਤੱਕੋਗੇ। ਅਗਲਾ ਮੈਚ ਜਿਹੜਾ ਬਹੁਤ ਤਕੜਾ ਖੇਡਿਆ ਜਾਣਾ ਤੁਹਾਡੇ ਪਿੰਡ ਦਾ, ਤੇ ਪਿੰਡ ਵਾਲੇ ਸੱਜਣਾਂ ਨੂੰ ਬੇਨਤੀ ਵੀ ਆਪਾਂ ਇਹਨਾਂ ਦਾ ਮਾਣਤਾਨ ਵੀ ਕਰਾਂਗੇ। ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇੰਦਗੜੀਆ ਮੁੰਡਾ ਵਜਾ ਹੋਇਆ ਖੇਡ ਦੇ ਮੈਦਾਨ ਵਿੱਚ। ਹਾਂਜੀ ਬਿਲਕੁਲ, ਉੱਧਰ ਸਾਡਾ ਵੀਰ ਕਾਕਾ ਉਹ ਵੀ ਆਸਟ੍ਰੇਲੀਆ ਵਿੱਚ ਬੈਠਾ, ਕਬੱਡੀ 365.com ਰਾਹੀਂ ਆਨੰਦ ਮਾਰ ਰਿਹਾ ਸਾਡਾ ਵੀਰ ਲਵਨੀਤ ਸਿੰਘ ਕਾਕਾ ਜੀ ਆਸਟ੍ਰੇਲੀਆ ਵਿੱਚ ਬੈਠਾ। ਰਾਮ ਉੱਪਲ ਉਹ ਵੀ ਇਹਨਾਂ ਮੈਚਾਂ ਦੇ ਆਨੰਦ ਮਾਰ ਰਿਹਾ, ਔਲਖਾਂ ਵਾਲਾ ਸਾਰੇ ਵੀਰਾਂ ਦਾ ਧੰਨਵਾਦ ਹੈ। ਹੋਟਲੇ ਵਾਲਾ ਪਿੰਦਾ ਤੇ ਗੁਰਵਿੰਦਰ ਹੋਣੀ ਦੇ ਬਰਾੜ ਹੋਣੀ ਇਹਨਾਂ ਮੈਚਾਂ ਦਾ ਆਨੰਦ ਮਾਰ ਰਿਹਾ, ਪਰ ਇੱਧਰ ਵੇਖੋ ਮੇਰੇ ਵੀਰੋ ਨਾਉਜਨ ਗਬਰੂ ਵੇਖੋ ਸਾਹਮਣੇ ਮੈਚ ਇੰਦਗੜੀਏ ਨੇ ਇੱਕ ਪਾਸੇ, ਨਾਉਜਨ ਘੋਲੀਏ ਵਾਲਾ, ਘੋਲੀਏ ਵਾਲਾ ਉਹ ਬਾਕੀ ਸਵਾਦ ਕਰ ਦਿੱਤਾ ਮੁੰਡੇ ਨੇ, ਸਵਾਦ ਦੀ ਖੇਡ ਆ। ਤਾੜੀਆਂ ਵੱਜੀਆਂ ਕਿ ਜਦੋਂ ਵੱਜਦੀਆਂ ਤਾੜੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੰਘਿਆ ਦਾ, ਇਹ ਦੁਨੀਆ ਪੂਜਦੀ ਯੋਧਿਆਂ ਨੂੰ ਕੀ ਨਾਮ ਨੀ ਲਾਉਂਦਾ ਭੱਜਿਆ ਦਾ, ਇਹ ਦੁਨੀਆ ਪੂਜਦੀ ਯੋਧਿਆਂ ਨੂੰ। ਇੱਕ ਪਾਸੇ ਇੰਦਗੜੀਆ ਘੋਲੀਏ ਵਾਲੇ ਨਾਉਜਨ ਨੇ ਮੇਰੇ ਵੀਰੋ ਟਰਾਈ ਕੀਤੀ ਆ, ਅੱਗ ਜਿਹੜਾ ਧਾਵੀ ਨੇ ਆਪਣੀ ਟੀਮ ਲਈ ਜੋੜਿਆ, ਪਾਓ ਘੋਲੀਏ ਵਾਲਿਆ ਕਿ ਫੜ ਲੈ ਜਦੋਂ ਪੱਟ ਘੋਲੀਆ, ਕਹਿੰਦੇ ਫਿਰ ਛੱਡਦਾ ਨੀ, ਫੜ ਲੈ ਜਦੋਂ ਲੱਤ ਘੋਲੀਆ, ਕਹਿੰਦੇ ਫਿਰ ਛੱਡਦਾ ਨੀ। ਘੋਲੀਏ ਵਾਲਾ ਨਾਉਜਨ ਵਧਿਆ, ਚੜ੍ਹਦੀ ਵਰੇਸ ਆ, ਸ਼ਾਟ ਮਾਜਾ ਸਰੀਰ ਹੈ, ਛੋਟੀ ਜੀ ਉਮਰ ਹੈ, ਹਲਕਾ ਟੱਚ ਕੀਤਾ ਨਾਉਜਨ ਗਬਰੂ ਨੇ, ਪੁਆਇੰਟ ਆਪਣੀ ਟੀਮ ਲਈ ਜੋੜਿਆ। ਘੋਲੀਏ ਵਾਲਾ ਪਾਓ ਗਬਰੂ ਕਬੱਡੀ। ਰਾਜ ਫੋਟੋ ਸਟੂਡੀਓ ਜੀ ਜਲਦੀ ਗਰਾਊਂਡ ਦੇ ਵਿੱਚ ਪੁੱਜਣ ਮੇਰੀ ਬੇਨਤੀ ਆ, ਰਾਜ ਫੋਟੋ ਸਟੂਡੀਓ ਸਾਡਾ ਵੀਰ ਬਾੜੀ ਮੁਸਤਫਾ ਤੇ ਨੱਥੋਕੇ। ਹਾਂ ਸੁਬਾ ਗੜੀ ਧਾਲੀ ਵਾਲਾ ਟੀਮ ਜੀ, ਇਸ ਮੈਚ ਚੋਂ